जी धीर साहब, सत श्री अकाल जी, बहुत बहुत स्वागत सर। ਹਰੀ ਸਰਦਾਰ ਜਗਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਾਰੇ ਭੈਣਾਂ ਭਰਾਵਾਂ ਨੂੰ ਵੀ ਸਤਿ ਸ਼੍ਰੀ ਅਕਾਲ। ਇਹ ਜਿਹੜਾ ਮੂਰਖਾਂ ਦਾ ਦਿਨ, ਇਹਦੀ ਵਧਾਈ ਵਧੂਈ ਤਾਂ ਨਹੀਂ ਦੇਣੀ ਬਣਦੀ ਹੁੰਦੀ ਵਧਾਈ ਜੀ? ਮੂਰਖਾਂ ਦੇ ਦਿਨ ਦੀ ਅਪ੍ਰੈਲ ਫੂਲ ਦੀ ਵਧਾਈ ਨਹੀਂ, ਤੁਸੀਂ ਤਾਂ ਨਹੀਂ ਕਿਸੇ ਨੂੰ ਵਧਾਈ ਦਿੱਤੀ? ਨਾ ਜੀ ਨਾ, ਪਹਿਲਾਂ ਹੁੰਦਾ ਸੀ, ਹੁਣ ਤਾਂ ਚੇਤਾ ਚੁਤਾ ਹੀ ਰਹਿੰਦਾ। ਹੁਣ ਤਾਂ ਮੈਂ ਕਿਹਾ ਚਲੋ ਇਨਫੋਰਮੇਸ਼ਨ ਜਿਹੜੀ ਸਾਂਝੀ ਕਰ ਲੈਂਦੇ, ਬਾਕੀ ਤਾਂ ਹੁਣ। ਅੱਛਾ, ਪਹਿਲਾਂ ਤਾਂ ਮੈਂ ਤੁਹਾਨੂੰ ਕੈਨੇਡਾ ਦੀ ਖਬਰ ਸੁਣਾਉਣਾ ਕਿ ਇੱਥੇ ਸਾਡੇ ਬ੍ਰਹਮਟਨ ਦੇ ਵਿੱਚ ਕਾਰਾਂ ਦੀ 40% ਚੋਰੀ ਜ਼ਿਆਦਾ ਵੱਧ ਗਈ ਪਿਛਲੇ ਸਾਲ ਨਾਲੋਂ। ਅੱਛਾ ਜੀ। ਤੇ 25% ਘਰਾਂ 'ਚ ਡਾਕੇ ਵੱਧ ਗਏ ਪਿਛਲੇ ਸਾਲ ਨਾਲੋਂ। ਓਏ ਹੋਏ ਹੋਏ, ਮੇਰੇ ਇਹਦਾ ਕਾਰਨ ਫਿਰ ਇਹੀ ਹੈ ਧੀਰ ਸਾਹਿਬ, ਕੰਮ ਘੱਟ ਗਿਆ। ਕੰਮ ਘੱਟ ਗਿਆ ਜਾਂ ਲੋਕੀ ਜਿਹੜੇ ਇੱਥੋਂ ਦੇ ਬਹੁਤੇ ਤਾਂ ਇੱਥੋਂ ਦੇ ਸਾਡੀ ਕਮਿਊਨਿਟੀ ਦੇ, ਹੁਣ ਚਾਰ ਮੁੰਡੇ 16 ਤੋਂ ਲੈ ਕੇ 22 ਸਾਲ ਦੀ ਉਮਰ ਦੇ ਸਾਡੇ ਹੀ ਫੜੇ ਨੇ, ਸਾਰੇ ਹੀ ਸਿੰਘ ਨੇ। ਹਾਂਜੀ। ਤੇ ਜਾਂ ਇਹ ਜਿਹੜੇ ਇੱਥੇ ਦੇ ਬੋਰਨ ਬੱਚੇ ਆ, ਸਟੂਡੈਂਟ ਨੂੰ ਐਵੇਂ ਬਦਨਾਮ ਕਰਦੇ ਆ, ਪਰ ਇੱਥੇ ਦੇ ਜਿਹੜੇ ਬੋਰਨ ਬੱਚੇ ਨੇ ਨਾ, ਉਹ ਕੰਮ ਨੀ ਕਰਕੇ ਰਾਜੀ। ਮੈਂ ਸਾਰਿਆਂ ਨੂੰ ਨੀ ਕਹਿੰਦਾ, ਕਈ ਵਧੇਰਾ ਕੰਮ ਕਰਦੇ ਨੇ ਤੇ ਆਮ ਕਈ ਹੁਣ ਕੰਮ ਨੀ ਕਰਕੇ ਰਾਜੀ। ਤੇ ਉਹ ਅੱਛਾ, ਸਕੂਲਾਂ ਦੇ ਵਿੱਚ ਉਹ ਪੜ੍ਹਦੇ ਨੀ, ਤੇ ਜੇ ਨਹੀਂ ਪੜ੍ਹਦੇ, ਪੁੱਠੇ ਕੰਮੀ ਪੈ ਨੇ, ਸਕੂਲਾਂ ਵਾਲੇ ਕੱਢ ਦਿੰਦੇ ਆ, ਘਰ ਵਾਲੇ ਫਿਰ ਉਹਨਾਂ ਨੂੰ ਪੈਸੇ ਨੀ ਦਿੰਦੇ, ਤੇ ਫਿਰ ਉਹ ਆ ਕੰਮ ਕਰਦੇ ਆ। ਧੀਰ ਸਾਹਿਬ, ਜਿਹੜੀਆਂ ਗੱਡੀਆਂ ਚੋਰੀ ਕਰਦੇ ਨੇ, ਉਹ ਕੀ ਕਰਦੇ ਗੱਡੀਆਂ ਦਾ? ਨਾਲੇ ਕਹਿੰਦੇ ਇੱਧਰ ਹਾਈ ਸਿਕਿਉਰਿਟੀ ਪਲੇਟ ਹੁੰਦੀ ਹੈ, ਪਤਾ ਲੱਗ ਜਾਂਦਾ, ਲੱਭ ਜਾਂਦੀ ਗੱਡੀ, ਉਹ ਕੀ ਕਰਦੇ, ਵੇਚਦੇ ਕਿੱਥੇ ਹੋਣਗੇ? ਇਹ ਜੀ ਜਿਹੜੀ ਮੌਂਟਰੀਆਲ ਦੀ ਬੰਦਰਗਾਹ ਆ ਨਾ, ਹਾਂਜੀ, ਇੱਥੇ ਸਾਡੇ ਕੈਨੇਡਾ ਦੇ ਵਿੱਚ ਇਹ ਕਾਰਾਂ ਉੱਥੋਂ ਬਾਹਰ ਨੂੰ ਸ਼ਿਪ ਹੁੰਦੀਆਂ। ਮਾਫੀਆ ਹੈ, ਮਾਫੀਆ ਪੂਰਾ ਹੋਵੇ ਵੱਡਾ। ਹਾਂਜੀ, ਹੁਣ ਤੁਸੀਂ ਦੇਖੋ ਵੀ ਜਦੋਂ ਸ਼ਿਪ ਹੁੰਦੀਆਂ ਨੇ ਉਦੋਂ ਪੁਲਿਸ ਨੂੰ ਪਤਾ ਨੀ ਲੱਗਦਾ? ਹਾਂਜੀ ਹਾਂਜੀ ਬਿਲਕੁਲ, ਸਾਰੀ ਮਿਲੀ ਭੁਗਤ ਬਿਲਕੁਲ। ਅੱਛਾ, ਹੁਣ ਤੁਸੀਂ ਦੇਖੋ, ਪੁਲਿਸ ਨੇ ਲੋਕਾਂ ਦਾ ਇਕੱਠ ਬੁਲਾਇਆ, ਮੀਟਿੰਗ ਕੀਤੀ ਪਿਛਲੇ ਹਫ਼ਤੇ। ਹੈਰਾਨੀ ਵਾਲੀ ਗੱਲ ਹੋ, ਤੁਸੀਂ ਵੀ ਹੈਰਾਨ ਹੋਵੋਗੇ ਸੁਣ ਕੇ, ਜੀ, ਪੁਲਿਸ ਕਹਿੰਦੀ ਆ ਵੀ ਤੁਸੀਂ ਆਪਣੇ ਘਰ ਦੇ ਅੰਦਰਲੇ ਪਾਸੇ ਚਾਬੀਆਂ ਰੱਖ ਲਿਆ ਕਰੋ, ਤੇ ਜੇ ਕੋਈ ਬੰਦਾ ਉਹ ਆਉਣ ਤਾਂ ਉਹ ਚਾਬੀਆਂ ਚੁੱਕੇ ਚਲੇ ਜਾਣ ਤੇ ਤੁਹਾਨੂੰ ਨਾ ਮਾਰਨ। ਲੋਕਾਂ ਨੂੰ ਇੰਨਾ ਗੁੱਸਾ ਚੜਿਆ, ਲੋਕੀ ਕਹਿੰਦੇ ਫਿਰ ਅਸੀਂ ਆਪਣੇ ਦਰਵਾਜ਼ੇ ਦੀ ਕਿਉਂ ਤੜਵਾਈਏ, ਦਰਵਾਜ਼ੇ ਰੱਖਦੇ ਆ ਕਹਿੰਦਾ ਵੀ ਚਾਬੀਆਂ ਹੋਰ ਲੈਟਰ ਬਾਕਸ ਰੱਖਦੇ, ਕਹਿ ਦਾਂਗੇ ਵੀ ਚਾਬੀ ਲੈਟਰ ਬਾਕਸ ਨਹੀਂ ਹੈ। ਕਹਿੰਦੇ ਵੀ ਤੁਸੀਂ ਕੀ ਕਰਦੇ ਹੋ, ਤੁਸੀਂ ਪੁਲਿਸ ਕੀ ਕਰਦੇ ਹੋ, ਤੁਹਾਡਾ ਕੀ ਕੰਮ ਆ ਫਿਰ ਪੁਲਿਸ ਦਾ? ਹਾਂਜੀ, ਲੋਕਾਂ ਬਹੁਤ ਉੱਥੇ ਮੀਟਿੰਗ ਦੇ ਵਿੱਚ ਰੌਲਾ ਪੈ ਗਿਆ, ਲੋਕਾਂ ਨੇ ਪੁਲਿਸ ਨੂੰ ਗਾਲ ਕਰ ਦਿੱਤੀਆਂ ਵੀ ਤੁਸੀਂ ਕੀ ਕਰਦੇ, ਸਾਡੇ ਕਹਿੰਦੇ ਟੈਕਸ ਦੀ ਮਨੀ, ਅਸੀਂ ਕੰਮ ਕਰਕੇ ਤੁਹਾਨੂੰ ਟੈਕਸ ਦਿੰਦੇ ਹਾਂ, ਤੁਹਾਡੀ ਤਨਖਾਹ ਲੱਗੀ ਆ ਸਾਡੇ ਟੈਕਸ ਮਨੀ ਤੋਂ, ਤੁਸੀਂ ਆਪ ਤਨਖਾਹ ਲੈਂਦੇ ਹੋ, ਫਿਰ ਤੁਹਾਨੂੰ ਕੱਲ ਤਨਖਾਹ ਦੇਈਏ ਤੇ ਅਸੀਂ ਆਪ ਕਰ ਲਾਂਗੇ, ਤੁਹਾਨੂੰ ਘਰ ਬਣਾਇਆ ਜਾਵੇ। ਹਾਂਜੀ ਹਾਂਜੀ ਹਾਂਜੀ, ਇਹ ਵੀ ਵੈਸੇ ਕਮਾਲ ਦਾ ਲੌਜਿਕ ਹੈ ਕਿ ਚਾਬੀ ਬਾਹਰ ਰੱਖ ਦਿਓ। ਸਾਡੇ ਵੀ ਇੱਥੇ ਅਮਰੀਕਾ ਚ ਉਹ ਕਹਿੰਦੇ ਜੀ ਤੁਹਾਡੇ ਸਟੋਰ ਨੂੰ ਕੋਈ ਲੁੱਟਣ ਆਉਂਦਾ, ਉਹਨੂੰ ਤੁਸੀਂ ਕਹਿਣਾ ਨੀ ਕੁਛ, ਲੈ ਜਾਂਦੇ। ਅਗਲਾ ਲੁੱਟਿਆ ਗਿਆ, ਬਰਬਾਦ ਹੋ ਗਿਆ ਸਟੋਰ ਵਾਲਾ, ਉਹ ਆਪਣੇ ਬੱਚੇ ਕਿੱਥੋਂ ਪਾਲੂਗਾ, ਉਹ ਤਬਾਹ ਹੋ ਗਿਆ, ਤੇ ਤੁਸੀਂ ਇਹੋ ਜਿਹਾ ਗੱਲਾਂ ਕਰਦੇ ਹੋ? ਬਹੁਤ ਬੁਰਾ ਹਾਲ। ਹਾਂਜੀ, ਤੇ ਜਾਂ ਇਹਦਾ ਹਰਜਾਨਾ ਫਿਰ ਅਮਰੀਕਾ ਦੀ ਗੌਰਮੈਂਟ ਜਾਂ ਕੈਨੇਡਾ ਦੀ ਗੌਰਮੈਂਟ ਜਾਵੇ ਪਰੇ। ਬਿਲਕੁਲ ਜੀ, ਤੇ ਕੀ ਵਿਚਾਰ ਨੇ ਜੀ ਅੱਜ ਦੇ ਥੋੜੇ ਥੋੜੇ ਸ਼ਬਦਾਂ 'ਚ ਆਪਣੇ ਜਿਹੜੇ ਦਿਨ ਨੇ ਜੀ, ਇਹ ਬਣੇ ਸੀਗੇ ਸ਼ੁਗਲ ਮੇਲੇ ਵਾਸਤੇ, ਐਂਟਰਟੇਨਮੈਂਟ ਦੇ ਸਾਧਨ ਉਦੋਂ ਨਹੀਂ ਸੀ ਹੁੰਦੇ, ਤੇ ਉਦੋਂ ਫਿਰ ਇੱਦਾਂ ਕਰਕੇ ਲੋਕ ਆਪਣਾ ਐਂਟਰਟੇਨਮੈਂਟ ਕਰਦੇ ਸੀ, ਕਿਸੇ ਨੂੰ ਪਹਿਲਾਂ ਸਰਪ੍ਰਾਈਜ਼ ਕਰਨਾ, ਮੁੜ ਕੇ ਉਹਨੇ ਜਦੋਂ ਪਤਾ ਲੱਗਣਾ ਵੀ ਇਹ ਗੱਲ ਨਹੀਂ ਹੈ, ਤੇ ਫਿਰ ਸਾਹਸ ਖੇਡ ਲੈਂਦੇ ਸੀ ਸਾਰੇ। ਬਾਕੀ ਹਿੰਦ ਸਾਹਿਬ ਪਹਿਲਾਂ ਹੀ ਕਹਿ ਚੁੱਕੇ ਨੇ, ਮੈਂ ਵੀ ਇਹੀ ਕਹਿਣਾ ਸੀ, ਇੰਡੀਆ ਦੇ ਲੋਕ ਅਪ੍ਰੈਲ ਫੂਲ ਬਣਾ ਰਹੇ ਨੇ, ਲੀਡਰ ਰੋਜ਼ ਬਣਦੇ। ਹਾਂਜੀ, ਅੱਜ ਰੋਜ਼ ਬਣਾ ਰਹੇ ਨੇ, ਤੇ ਇਹ ਇਹਨਾਂ ਲੋਕਾਂ ਨੂੰ ਦੇਖੋ, ਕੋਈ ਇਹਨਾਂ ਨੇ ਇਲੈਕਸ਼ਨ ਜਿੱਤਣਾ, ਕੋਈ ਵੀ ਮੈਂ ਦੇਖਦਾ ਵਾ ਵੀ ਹਿੰਦੀ ਮੀਡੀਆ ਸੁਣੀ ਦਾ ਕੋਈ ਵੀ ਲੋਕਾਂ ਦੀਆਂ ਮੁਸ਼ਕਿਲਾਂ, ਲੋਕਾਂ ਦੇ ਮੁੱਦੇ ਕੋਈ ਗੱਲ ਨੀ ਕਰਦਾ। ਹੁਣ ਕੇਜਰੀਵਾਲ ਪਿਆਰ ਜੇ ਚਲਿਆ ਗਿਆ, ਕੇਜਰੀਵਾਲ ਉੱਥੇ ਚਲੇ, ਉਹ ਲੋਕ ਜਿਹੜੇ ਝੁੱਗੀਆਂ ਚੌਂਪੜੀਆਂ ਚ ਰੋਜ਼ ਮਰਦੇ ਨੇ, ਜਿਉਂਦੇ ਨੇ ਜਾਂ ਜੋ ਵੀ ਹੈ, ਤੇ ਤੁਸੀਂ ਨਾ ਕੋਈ ਮੈਡੀਕਲ ਕਾਲਜ ਬਣਾਉਣ ਦੀ ਗੱਲ, ਨਾ ਹੋਸਪਿਟਲ ਦੀ, ਤੇ ਨਾ ਕੋਈ ਕੋਈ ਜੋਬ ਕੱਢੀ ਜਾਵੇ। ਸਾਡੇ ਇੱਥੇ ਇਲੈਕਸ਼ਨ ਹੁੰਦੇ ਨੇ, ਸਾਡੇ ਏਦਾਂ ਦੇ ਇਸ਼ੂ ਬਾਹਰ ਆਉਂਦੇ ਨੇ, ਚਾਹੇ ਪਾਲੀਟਿਕਸ ਬਾਹਰ ਬਣਾਉਣ ਚਾਹੇ ਨਾ ਬਣਾਉਣ, ਉੱਥੇ ਨਾ ਕੋਈ ਸਕੂਲ ਬਣਾਉਣ ਦੀ ਗੱਲ,
ਲੋਕੀ ਅਨਪੜ੍ਹਤਾ ਨਾਲ ਜਿਹੜੇ ਬਾਹਰ ਨੌਜਵਾਨ ਮੁੰਡੇ ਸਾਰੇ ਸੂਬਿਆਂ ਤੋਂ ਭੱਜੇ ਆ ਰਹੇ ਆ, ਉਹਨਾਂ ਦੀ ਸੋਚ ਦੀ ਗੱਲ, ਪਾਣੀ ਥੱਲੇ ਚਲਿਆ ਗਿਆ, ਬੈਂਗਲੌਰ ਦੇ ਵਿੱਚ ਪਾਣੀ ਨੀ ਮਿਲਦਾ ਲੋਕਾਂ ਨੂੰ ਪੀਣ ਨੂੰ, ਪੰਜਾਬ ਦਾ ਪਾਣੀ ਥੱਲੇ, ਹਾਂਜੀ, ਇਹਦਾ ਚੀਜ਼ਾਂ ਨੂੰ ਹੈ ਹੀ ਨੀ ਲੋਕਾਂ ਨਾਲ ਪਿਆਰ, ਇਹਨਾਂ ਨੂੰ ਆਪਣੀ ਗੱਡੀ ਨਾਲ ਪਿਆਰ ਆ, ਲੁੱਟੋ ਤੇ ਐਸ਼ ਕਰੋ, ਹਾਂਜੀ, ਬਿਲਕੁਲ ਜੀ, ਹੋਰ ਕੋਈ ਨੀ ਪਿਆਰ ਹੈਗਾ ਇਹਨਾਂ ਦੇ। ਹੁਣ ਚਲੋ ਉੱਥੇ ਰਾਮਲੀਲਾ ਗਰਾਊਂਡ ਦੇ ਵਿੱਚ ਭਾਰੀ ਇਕੱਠ ਹੋਇਆ, ਆਪੋਜੀਸ਼ਨ ਨੇ ਪਿੱਛੇ ਕਰੇ ਤੇ ਇਹ ਜਿਹੜੀ ਭਾਜਪਾ ਗੌਰਮੈਂਟ ਇਹਨਾਂ ਨੇ ਕੁਛ ਨੀ ਕਰਨਾ, ਕਰਦੇ ਤਾਂ ਕੋਈ ਵੀ ਨੀ ਹੈਗੇ। ਹਾਂਜੀ, ਚਲੋ ਫਿਰ ਬਦਲਾਅ ਕਈ ਵਾਰੀ ਚੰਗਾ ਹੁੰਦਾ। ਹਾਂਜੀ ਹਾਂਜੀ, ਚਲੋ ਬਿਲਕੁਲ ਜੀ, ਬਿਲਕੁਲ, ਬਹੁਤ ਮਿਹਰਬਾਨੀ, ਓਕੇ ਜੀ, ਓਕੇ ਜੀ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਬਿਲਕੁਲ ਜੀ।